हाँ जी जयदेव भाई, सारे नू की हाल है मेरे वीरो? ठीक ठाक हो? जय श्री राम जी। आज लाइव होए हैं, उहदा मकसद बस यही है। आज तुसीं सवेरे भी फेसबुक स्टेटस देखिया होना, मकेरियां विधानसभा दे विच राजपूत बरादरी की मैनर रखांदी आ। यार कोई सानू झलन तैयार नहीं, कोई सानू झलन तैयार नहीं, कोई सानू समझन तैयार नहीं। ओ यार जाइए किथे? कांग्रेस आले कहिंदे आ कि सानू जितान आले आ चांग बरादरी आले, ते बीजेपी आले कहिंदे आ कि सानू जितान आले बंदे हैगे आ साडे बरादरी आले, सानू राजपूत ने जिताया नहीं, ते जही जिताया किन्नू आ? 8 वारी असीं बनाता कांग्रेस दा एमएलए इत्थे मकेरियां विधानसभा च, ते 2 वारी बनाता बीजेपी दा। ओ मैं पुछना चाहना अपने सारे वीरां नू, ओ के मी वीरो, ओ सिर्फ कली दरिया ही झाड़नी आ? हुण गल करदे आ अपने मकेरियां विधानसभा दे कैंडीडेटां दी, जिहड़े कैंडीडेट उम्मीदवार खड़े होए आ कि लालो साहब इन्ना विरोध सीगा मकेरियां दे कांग्रेस दे कैंडीडेट दा, किन्ने चार्ज भी लगे, पर हाईकमान ने कुछ नहीं सोचा, कहिंदे हाँ जी ना जी, ਇਹ ਤਾਂ ਜੀ ਡਾਕਟਰ ਕੇਲ ਭੂਸ਼ਣ ਦਾ ਪਰਿਵਾਰ ਹੈ, ਇਹ ਦੇਖ ਲਓ ਉਹਨਾਂ ਨੇ ਇਹਨੂੰ ਟਿਕਟ ਦੇ ਦਿੱਤੀ। ਪਰ ਇੱਕ ਦੇਖੋ ਉਹਦਾ ਮੁੰਡਾ ਵੀ ਤਿਆਰ ਹੈ, ਤੇ ਉਹਦਾ ਅਗਲਾ ਮੁੰਡਾ ਵੀ ਤਿਆਰ ਹੈ, ਜਨਮ ਲੈ ਲਿਆ ਚਲੋ ਤਿਆਰ ਹੀ ਹੋ ਗਿਆ ਅੱਗੇ। ਹਾਈਕਮਾਨ ਇੱਕ ਵਾਰ ਹੀ ਸੋਚਿਆ ਕਿ ਰਾਜਵੀ ਬਰਾਦਰੀ ਵੀ ਵਸਦੀ ਇੱਥੇ, 67,300। ਤੇ ਗੱਲ ਕਰੀਏ ਬੀਜੇਪੀ ਦੀ, 2 ਵਾਰ ਰਾਜਵੀ ਬਰਾਦਰੀ ਨੇ ਬੀਜੇਪੀ ਨੂੰ ਵੀ ਜਿਤਾਇਆ, ਪਰ ਬੀਜੇਪੀ ਵਾਲੇ ਕਹਿੰਦੇ ਰਾਜਪੂਤ ਬਰਾਦਰੀ ਹੈ ਹੀ ਨਹੀਂ, ਜਿਤਾਉਂਦਾ ਕੋਈ ਹੋਰ ਹੀ ਕੋਈ, ਨਾ ਕਾਂਗਰਸ ਮੰਨੇ ਕਰਦਾ ਨਾ ਬੀਜੇਪੀ ਮੰਨੇ ਕਰਦੀ। ਦੱਸੋ ਅਸੀਂ ਜਿਤਾਇਆ ਕਿਹਨੂੰ ਆ? ਅਸੀਂ ਤਾਂ ਸਾਡਾ ਸਵਾਲ ਤਾਂ ਰਾਜਪੂਤਾਂ ਨੂੰ ਹੀ ਆ, ਸਾਨੂੰ ਕਿਹਨੇ ਜਿਤਾਇਆ, ਅਸੀਂ ਕਿਹਨੂੰ ਜਿਤਾਉਂਦੇ ਆ? ਹੁਣ ਤੁਸੀਂ ਇਹ ਦੇਖੋ ਗੱਲ, ਸਾਡੀਆਂ ਗਿਣਤੀਆਂ ਤੇ ਸਾਡੀ ਮਕੇਰੀਆਂ 67,300 ਵੋਟ ਆ, ਪਰ ਸਾਨੂੰ ਕੋਈ ਮੰਨ ਕੇ ਰਾਜੀ ਨਹੀਂ। ਉਹ ਯਾਰੋ ਅਸੀਂ ਵੋਟ ਪਾਨੇ ਵੀ ਹੈਗੇ ਆ, ਪਰ ਕੋਈ ਸਮਝਣ ਨੂੰ ਤਿਆਰ ਨਹੀਂ। ਪਰ ਇੰਨਾ ਤਾਂ ਸ਼ਰਮ ਕਰ ਲਓ, ਇੰਨੇ ਸ਼ਰਮ ਕਰ ਲਓ ਕਿ ਹਾਂ ਵੀ ਠੀਕ ਹੈ ਕਿ ਯਾਰ ਸਾਨੂੰ ਕੋਈ ਭੈਣ ਝਲ ਕੇ ਰਾਜੀ ਹੈ ਨਹੀਂ, ਬੀਜੇਪੀ ਨੂੰ ਰਾਜਪੂਤ ਬਰਾਦਰੀ ਨੇ ਵੀ ਅਪਲਾਈ ਕੀਤੀਆਂ ਸੀਟਾਂ, ਟਿਕਟਾਂ ਅਪਲਾਈ ਕੀਤੀਆਂ, ਕਾਂਗਰਸ ਵੀ ਅਪਲਾਈ ਕੀਤੀਆਂ ਸੀ, ਪਰ ਹਾਈਕਮਾਨ ਨੇ ਉਹਨਾਂ ਦਾ ਵੀ ਸੋਚਿਆ। ਦੱਸੋ ਬੀਜੇਪੀ ਵਾਲਿਆਂ ਨੂੰ ਉਹਨਾਂ ਨੂੰ ਟਿਕਟ ਦੇਣੀ ਪੈ ਗਈ ਜਿਹੜਾ 2 ਵਾਰੀ ਹਾਰਿਆ? ਸਾਡੇ ਵਾਰੀ ਕਾਨੂੰਨ ਸਾਰੇ ਜਾਗ ਪੈਂਦੇ ਆ, ਹਾਈਕਮਾਨ ਤਾਂ ਨਾਰਾਜ਼ਗੀ ਨਹੀਂ ਕਰਨੀ, ਹਾਈਕਮਾਨ ਨਾਰਾਜ਼ ਹੋ ਜਾਂਦਾ ਤੁਹਾਨੂੰ ਪਾਰਟੀ ਬਾਹਰ ਕੱਢ ਦੇਣਗੇ। ਦੱਸੋ ਜੀ ਜਦੋਂ ਰਣੇਸ਼ ਸ਼ਾਕਰ ਜੀ ਖੜੇ ਹੋਏ ਸੀਗੇ ਉਹਨੂੰ ਕਿੰਨੇ ਹਰਾਇਆ ਸੀਗਾ? ਇਹ ਸਾਰੀਆਂ ਪਾਰਟੀ ਮਾਂ ਜਿਹੜੀ ਹੁੰਦੀਆਂ ਰਾਜਪੂਤਾਂ ਦੱਸਿਆ, ਰਾਜਪੂਤਾਂ ਸਮਝਾਉਂਦੇ ਆ ਪਾਰਟੀ ਸਾਡੀ ਮਾਂ ਹੁੰਦੀ ਹੈ, ਕਿ ਜਦੋਂ ਰਣੇਸ਼ ਆ ਕੇ ਖੜਾ ਹੋਇਆ ਸੀਗਾ ਤੇ ਉਹਨੂੰ ਕਿੰਨੇ ਹਰਾਇਆ ਸੀ ਜੀ? ਉਹਦੇ ਵਾਸਤੇ ਪਾਰਟੀ ਮਾਂ ਨਹੀਂ ਸੀਗੀ ਜੰਗੀ ਲਾਲ ਮਹਾਇਨ ਵਾਸਤੇ? ਤੇ ਜਦੋਂ ਜੰਗੀ ਲਾਲ ਮਹਾਇਨ 50,000 ਵੋਟ ਲੈ ਕੇ ਜਾਂਦਾ ਪਿਆ, ਤੇ ਉਹ ਕਹਿੰਦਾ ਸਾਨੂੰ ਰਾਜਪੂਤਾਂ ਨੂੰ ਸਾਨੂੰ ਵੋਟ, ਸਾਡੇ ਨਾਲ ਗੱਦਾਰੀ ਕੀਤੀ ਆ, ਰਾਜਪੂਤ ਨੇ ਵੋਟ ਹੀ ਨਹੀਂ ਪਾਈ। ਦੱਸੋ ਵੀਰ ਉਸ ਬੰਦੇ ਦੀ 1,000 ਵੋਟ ਨਹੀਂ ਹੈਗੀ ਮਹਾਜਨ ਬਰਾਦਰੀ ਦੀ ਮਕੇਰੀਆਂ ਵਿਧਾਨ ਸਭਾ ਦੇ ਵਿੱਚ, ਤੇ ਉਹ 50,000 ਵੋਟ ਲੈ ਕੇ 50,000 ਵੋਟ ਤੋਂ ਉੱਪਰ ਲੈ ਕੇ ਜਾਏ ਕਰਦਾ ਜੇ ਹਰੇ ਕਰਦਾ ਆ,
ਤੇ ਕਹਿੰਦਾ ਜੀ ਮੈਨੂੰ ਰਾਜੂ ਬਰਾਦਰੀ ਨੇ ਵੋਟ ਨਹੀਂ ਪਾਈ, ਜੋ ਤੁਸੀਂ ਵੋਟਾਂ ਕਿਹਨੂੰ ਪਾਈਆਂ ਦੱਸ ਦਿਓ ਮੈਨੂੰ ਵੀ ਯਾਰ। ਤੁਹਾਡੀ ਬਰਾਦਰੀ ਦੀ ਵੋਟ ਤਾਂ ਹੈਗੀ ਆ 1000 ਨੀ, ਤੁਹਾਡੀ ਬਰਾਦਰੀ ਦੀ ਵੋਟ ਤੇ ਤੁਸੀਂ ਰਾਜਪੂਤਾਂ ਨੂੰ ਕਹਿੰਦੇ ਪਏ ਹੋ ਕਿ ਹਾਂ ਵੀ ਠੀਕ ਹੈ ਰਾਜਪੂਤਾਂ ਨੇ ਵੋਟ ਨਹੀਂ ਪਾਈ, ਤੈਨੂੰ ਵੋਟ ਪਈ ਕਿੱਥੋਂ ਆ ਫਿਰ ਯਾਰ। ਹਾਈ ਕਮਾਨ ਕੁਛ ਨੀ ਸੋਚਦੀ ਬਈ, 826 ਤੋਂ ਲੈ ਕੇ 1000 ਬੰਦਿਆਂ ਦੀ ਬਰਾਦਰੀ ਦੀ ਵੋਟ ਆ ਮਾਈਨ ਬਰਾਦਰੀ ਦੀ, ਉਹਨੂੰ ਹਾਈ ਕਮਾਨ ਟਿਕਟ ਦੇ ਕਰਦੀ ਆ, ਜਿਹਦੀ 67,300 ਵੋਟ ਆ ਉਹਨੂੰ ਟਿਕਟ ਦਿੱਤੀ। ਯਾਰ ਅਸੀਂ ਜਾਤ ਬਰਾਦਰੀ ਦੀ ਗੱਲ ਨਹੀਂ ਕਰਦੇ, ਪਰ ਯਾਰ ਸਾਡਾ ਮੰਨਣਾ ਹੱਕ ਨਹੀਂ ਹੈਗਾ ਕਿ ਰਾਜਪੂਤ ਬਰਾਦਰੀ ਦਾ ਬੰਦਾ ਕੋਈ ਕਿ ਰਾਜਪੂਤ ਬਰਾਦਰੀ ਹਰ ਬਰਾਦਰੀ ਨਾਲ ਨਹੀਂ ਚੱਲਦੀ। ਯਾਰ ਸਾਡੇ ਨਾਲ ਵੀ ਸਭ SC ਬਰਾਦਰੀ ਵੀ ਚੱਲਦੀ ਹੈ, BC ਬਰਾਦਰੀ ਵੀ ਚੱਲਦੀ ਹੈ, ਪੂਰੀ ਜਨਰਲ ਬਰਾਦਰੀ ਚੱਲਦੀ ਹੈ, ਸਿੱਖ ਕਮਿਊਨਿਟੀ ਹਰ ਨਾਲ ਚੱਲਦੀ ਹੈ, ਪਰ ਸਾਨੂੰ ਕਿਉਂ ਪਿੱਛੇ ਕੀਤਾ ਜਾਂਦਾ ਆ। ਪਰ ਸਾਨੂੰ ਵਾਰਡ ਮੈਂ ਘਟੀਆ ਬੰਦਾ ਉਹਨਾਂ ਨੂੰ ਗਿਣਾਂਗਾ ਜਿਹੜੇ ਫੇਸਬੁੱਕਾਂ ਦੇ ਮੁਬਾਰਕਾਂ ਦੇ ਕਰਦੇ ਆ ਦੂਜੀ ਬਰਾਦਰੀ ਦੇ ਬੰਦਿਆਂ ਨੂੰ ਟਿਕਟਾਂ ਦੀਆਂ, ਕਮੈਂਟ ਕਰੇ ਕਰਦੇ ਆ ਲਾਈ ਪਿੱਛੇ ਕੀ ਨਾਂ ਆ ਆ ਫਲਾਣਾ ਠਾਕਰ, ਆ ਫਲਾਣਾ ਠਾਕਰ, ਫਲਾਣਾ ਠਾਕਰ। ਤੁਹਾਨੂੰ ਸ਼ਰਮ ਨਾ ਤੁਹਾਨੂੰ ਆਈ, ਉਹ ਡੁੱਬ ਕੇ ਮਰ ਜਾਓ ਕੰਜਰੋ। ਜਾਂ ਤਾਂ ਨਾਂ ਪਿੱਛੇ ਠਾਕਰ ਲਿਖਣਾ ਬੰਦ ਕਰ ਦਿਓ, ਤੇ ਜਾਂ ਤਾਂ ਇੱਦਾਂ ਕਰ ਲਓ ਕਿ ਜਾਂ ਕੋਈ ਧਰਮ ਜੁਆਇਨ ਕਰ ਲਓ ਨਵਾਂ। ਉਹ ਤੁਹਾਨੂੰ ਲਾਂਤਾ ਪਾਏ ਕਰਦੇ ਹੋ, ਸ਼ਰਮ ਕਰ ਲਓ। ਅਸੀਂ ਤਾਂ ਲਾਂਤਾ ਪਾਏ ਕਰਦੇ, ਰਾਜਪੂਤ ਸਭਾ ਮਕੇਰੀਆਂ ਵਾਲੇ ਲਾਂਤਾ ਪਾਏ ਕਰਦੇ, ਰਾਜਪੂਤੋ ਉੱਠ ਪੋ, ਆਪਣੀ ਤਾਕਤ ਨੂੰ ਸਮਝੋ। ਜਿਹੜਾ ਨਵਾਂ ਕੋਈ ਆਵੇ, MLA ਕੌਣ ਜੀ ਮਕੇਰੀਆਂ ਸ਼ਹਿਰ ਦਾ, ਮਕੇਰੀਆਂ ਸ਼ਹਿਰ ਦਾ, ਉਹ ਪਿੰਡਾਂ ਦੇ ਲੋਕੀ ਮਰ ਗਏ ਆ ਕਿ ਪਿੰਡਾਂ ਦੇ ਲੋਕੀ MLA ਨਹੀਂ ਬਣ ਸਕਦੇ, ਜੇ ਪਿੰਡਾਂ ਦੇ ਲੋਕੀ ਉਹਨਾਂ ਕੋਲ ਪੈਸੇ ਹੈ ਨਹੀਂ, ਜੇ ਪਿੰਡਾਂ ਦੇ ਲੋਕਾਂ ਕੋਲ ਕੀ ਗੱਲ ਕੰਮ ਕਰ ਨਹੀਂ ਸਕਦੇ, ਜੇ ਤੁਹਾਡੇ ਪ੍ਰੋਗਰਾਮ ਕਰਾ ਸਕਦੇ ਆ ਤੇ MLA ਵੀ ਕਰ ਸਕਦੇ ਆ। ਯਾਰ ਸ਼ਰਮ ਆਉਣੀ ਚਾਹੀਦੀ ਤਾਂ ਰਾਜਪੂਤੋ, ਮੇਰਾ ਰੋਸ਼ ਹੈਗਾ ਆਪਣੀ ਰਾਜਪੂਤ ਬਰਾਦਰੀ ਦੇ ਉੱਪਰ। ਉਹ ਤੁਹਾਡਾ 100 ਵਾਰੀ ਮੇਰਾ ਗੁੱਸਾ ਗਿਲਾ ਮੇਰੇ ਨਾਲ ਹੋਊਗਾ, ਮੈਂ ਆਪਣੇ ਆਪ ਨੂੰ ਵੋਟ ਪਾਉਣ ਨੂੰ ਨਹੀਂ ਕਹਿੰਦਾ, ਮੈਂ ਕਹਿੰਦਾ ਜਿਹੜਾ ਬਰਾਦਰੀ ਦਾ ਬੰਦਾ ਖੜਾ ਹੋਊਗਾ ਉਹਨੂੰ ਵੋਟ ਪਾਓ। ਤੁਹਾਨੂੰ ਕਮੈਂਟ ਕਰਨੇ ਦੀ ਵੀ ਸ਼ਰਮ ਆਉਂਦੀ ਹੈ, ਕਮੈਂਟ ਕਰਨ 'ਚ ਵੀ ਕਿ ਤੁਸੀਂ ਕਮੈਂਟ ਵੀ ਨਹੀਂ ਕਰ ਸਕਦੇ। ਬੜੀ ਸ਼ਰਮ ਵਾਲੀ ਗੱਲ ਹੈ ਯਾਰ, ਫਿੱਟ ਲਾਂਦਾ ਸਾਡੇ ਤੇ ਜ਼ਿੰਦਗੀ ਜੀਣ ਤੇ। ਅਸੀਂ ਕਹਿੰਦੇ ਹਾਂ ਗਰਵ ਸੇ ਕਹੋ ਹਮ ਕਸ਼ਤਰੀਏ ਹੈ, ਉਹ ਫਿੱਟ ਲਾਂਦਾ ਦੇ ਕਸ਼ਤਰੀਏ ਦੇ। ਅਸੀਂ ਯਾਰ ਭਰਾਵਾਂ ਦੇ ਨਾਲ ਚੱਲੀਦਾ, ਹਰ ਇੱਕ ਨਾਲ, ਹਰ ਬਰਾਦਰੀ ਦੇ ਬੰਦਾ ਸਾਡੇ ਨਾਲ ਚੱਲਦਾ ਆ। ਕਿਉਂ? ਅਸੀਂ ਆਪਣਾ 100% ਦਿੰਦੇ ਹਾਂ ਉਹਨਾਂ ਨੂੰ, ਸਾਡੇ ਕੋਲ ਸਾਡੇ ਦਿਲ ਦੇ ਵਿੱਚ ਕੋਈ ਉਹ ਚੀਜ਼ ਹੈ ਨਹੀਂ ਆ, ਸਾਡਾ ਹਰ ਇੱਕ ਬਰਾਦਰੀ ਨਾਲ ਸੰਪਰਕ ਹੈ, ਤੇ ਯਾਰ ਅਸੀਂ ਸਭ ਕੁਛ ਕਰ ਸਕਦੇ ਹਾਂ। ਸਾਨੂੰ MLA, ਸਾਨੂੰ ਕੋਈ ਵੀ ਬੰਦਾ ਮੋਹਤਵਾਰ ਬੰਦਾ ਸਾਨੂੰ ਇੱਕ ਵਾਰੀ ਕਹਿ ਛੱਡਦਾ ਨਾ, ਠਾਕਰ ਜੀ ਆਪਣੇ ਪਿੰਡ ਪ੍ਰੋਗਰਾਮ ਕਰਾਓ, ਆਪਣੇ ਕੋਲੋਂ ਪੈਸੇ ਲਾ ਕੇ ਅਸੀਂ ਪ੍ਰੋਗਰਾਮ ਕਰਦੇ ਹਾਂ। ਸਾਨੂੰ ਇੱਕ ਵਾਰੀ ਕਿਸੇ ਦਾ ਫੋਨ ਆ ਜਾਂਦਾ ਨਾ, ਅਸੀਂ ਸੁਣਦੇ ਨਹੀਂ ਰਾਤ ਭਰ ਕਿ ਯਾਰ ਕੱਲ੍ਹ ਅਗਲੇ ਦਿਨ ਪ੍ਰੋਗਰਾਮ ਹੈ, ਬੰਦੇ ਇਕੱਠੇ ਕਰਨੇ ਆ, ਉਹਨਾਂ ਦੀ ਸੇਵਾ ਵੀ ਕਰਦੇ ਆਪਣੇ ਕੋਲੋਂ ਪੈਸੇ ਖਰਚ ਕਰਕੇ। ਦੱਸੇ ਕੋਈ ਪਾਰਟੀ ਦਾ ਬੰਦਾ ਇੱਕ ਵਾਰੀ ਕਰਕੇ ਕਿ ਹਾਂ ਵੀ ਠੀਕ ਹੈ ਤੁਹਾਡੇ 1 ਰੁਪਿਆ ਦੀ ਕਦੀ ਡਿਮਾਂਡ ਕੀਤੀ ਹੋਏ। ਉਹ ਯਾਰ ਅਸੀਂ ਆਪਣੀ ਬਰਾਦਰੀ ਪਿੱਛੇ ਨਹੀਂ ਚੱਲ ਸਕਦੇ। ਮੈਂ ਹਰ ਵਾਰੀ ਬੋਲਦਾ ਕੱਟਰ ਬਣੋ, ਪਰ ਕੱਟਰ ਬਣੋ ਆਪਣੇ ਧਰਮ ਦੇ, ਪਾਰਟੀਆਂ ਦੇ ਕੱਟਰ ਨਾ ਬਣੋ, ਕਿਉਂਕਿ ਤੁਸੀਂ ਅੱਜ ਦਾ ਹਾਲਾਤ ਦੇਖ ਲਓ ਮਕੇਰੀਆਂ ਦਾ। ਕਾਂਗਰਸ ਨੇ ਟਿਕਟ ਦਿੱਤੀ ਚਾਂਗ ਬਰਾਦਰੀ ਨੂੰ, BJP ਟਿਕਟ ਦਿੱਤੀ ਹੈਗੀ ਆ ਮਹਾਜਨ ਬਰਾਦਰੀ ਨੂੰ, ਤੇ ਆਮ ਪਾਰਟੀ ਟਿਕਟ ਦਿੱਤੀ ਹੈ ਲਵਾਣਾ ਬਰਾਦਰੀ ਨੂੰ।
ਤੇ ਸ਼੍ਰੋਮਣੀ ਅਕਾਲੀ ਦਲ ਨੇ ਵਿਗੜਤੀ ਆ ਜੱਟ ਬਰਾਦਰੀ ਨੂੰ, ਸਾਰੇ ਆਪਣੇ ਭਰਾ ਆ, ਪਰ ਸਾਡਾ ਗੁੱਸਾ ਆਪਣੀ ਬਰਾਦਰੀ ਦੇ ਨਾਲ ਆ। ਤੁਸੀਂ ਆਪਣੀ ਬਰਾਦਰੀ ਦੇ ਨਾਲ ਕਿਉਂ ਨਹੀਂ ਚੱਲਦੇ? ਕਿਉਂ ਤੁਹਾਡੀਆਂ ਫੋਟੋਆਂ ਕਿਸੇ ਹੋਰ ਦੇ ਨਾਲ ਆਉਂਦੀਆਂ ਆ? ਹਾਂ, ਜੇ ਤੁਹਾਡੀ ਬਰਾਦਰੀ ਬੰਦਾ ਨਹੀਂ ਖੜਾ ਹੁੰਦਾ, 100 ਵਾਰੀ ਆਵੋ, ਪਰ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਆ, ਇੱਕ ਵਾਰੀ ਆਪਣੀ ਬਰਾਦਰੀ ਨੇ ਖੜਾ ਹੋ ਗਿਆ ਦੇਖੋ, ਇੱਕ ਵਾਰ ਉਹ ਮਜ਼ਾ ਹੀ ਅਲੱਗ ਆਊਗਾ। ਛਾਤੀ ਚੋਰੀ ਕਰਕੇ ਚੱਲੋਗੇ ਨਾਲ? ਤੁਸੀਂ ਝੋਲੀ ਚੱਕਣੀ ਚਲੋਗੇ? ਆਪਣੀ ਬਰਾਦਰੀ ਦੇ ਨਾਲ ਚਲੋ, ਬਰਾਦਰੀ ਦੇ ਨਾਲ ਸ਼ਰਮ ਕਰ ਲਓ। ਹਰ ਕੋਈ ਬੰਦਾ ਆਪਣੀ ਬਰਾਦਰੀ ਨਾਲ ਚੱਲਦਾ ਆ, ਔਰ ਅੱਜ ਹੁਣ ਸਾਨੂੰ ਆਪਣੀ ਬਰਾਦਰੀ ਬੰਦੇ ਕਹਿੰਦੇ ਯਾਰ ਤੁਸੀਂ ਰਾਜਪੂਤੀ ਗੱਲ ਨਾ ਕਰੋ। ਕਿਉਂ ਨਾ ਕਰੀਏ ਕੰਜਰੋ? ਅਸੀਂ ਮਕੇਰੀਆਂ ਵਿੱਚ 67,300 ਬਣੇ, ਸਾਡੀ ਵੋਟ ਆ, ਸਾਨੂੰ ਕੋਈ ਪਾਰਟੀ ਸਾਨੂੰ ਕੁੱਤੇ ਜੀ ਨਹੀਂ ਕਰਦਾ, ਨਹੀਂ ਕਰੇ ਕਰਦੀ? ਸ਼ਰਮ ਆਉਣੀ ਚਾਹੀਦੀ ਯਾਰ ਸਾਨੂੰ। ਇੱਕ ਪਾਰਟੀ ਟਿਕਟ ਦਿੱਤੀ ਸਾਨੂੰ, ਔਰ ਉਲਟਾ ਸਾਨੂੰ ਕਿਹਾ ਕਰਦੇ ਆ ਕਿ ਇਸ ਵਾਰ ਰਾਜਪੂਤ ਨਾਰਾਜ਼ ਆ, ਇਹਨਾਂ ਨੂੰ ਪਿੰਡਾਂ 'ਚ ਜਾ ਕੇ ਇੱਕ ਇੱਕ ਪੇਟੀ ਹੋਰ ਦੇਣੀ ਪੈਣੀ ਆ। ਉਹ ਅਸੀਂ ਇਹੀ ਮੈਂ ਕੀ ਕਵਾਂ, ਮੇਰੇ ਮੂੰਹ ਗਾਲਾਂ ਨਿਕਲ ਜਾਣੀਆਂ। ਔਰ ਜਿਹੜੇ ਪਾਰਟੀਆਂ ਦੇ ਝੋਲੀ ਚੱਕ ਹੈਗੇ ਆ, ਤੁਹਾਨੂੰ ਕੀ ਦਿੱਤਾ ਪਾਰਟੀ ਨੇ? 4.5 ਸਾਲ 5 ਸਾਲ ਤੁਸੀਂ ਮਿਹਨਤ ਕੀਤੀ ਪਾਰਟੀ ਵਿੱਚ ਜਾ ਕੇ, ਉਹਨੇ ਦਰੀਆਂ ਝਾੜੀਆਂ, ਆਪਣੇ ਘਰਾਂ 'ਚ ਪ੍ਰੋਗਰਾਮ ਕੀਤੇ, ਆਪਣੀਆਂ ਗੱਡੀਆਂ ਤੋੜੀਆਂ, ਤੇਲ ਫੂਕੇ, ਲੋਕਾਂ ਦੇ ਕੰਮ ਕਰੇ ਆਪਣੀ ਜੁਰਤ ਨਾਲ। ਤੁਹਾਨੂੰ ਪਾਰਟੀਆਂ ਨੇ ਕਦਰ ਬਿਲਕੁਲ ਜੁੱਤੀ ਬਰਾਬਰ ਕਦਰ ਨਹੀਂ ਕੀਤੀ ਤੁਹਾਡੀ, ਸਮਝ ਕਰ ਲਓ ਇੱਕ ਵਾਰੀ। ਤੁਹਾਨੂੰ ਕੋਈ ਇੱਕ ਵਾਰੀ ਤੁਹਾਨੂੰ ਕਹਿ ਛੱਡਦਾ ਕਿ ਯਾਰ ਇਹਨੂੰ ਲਾਈਕ ਕਮੈਂਟ ਕਰ ਦਿਓ, ਤੁਸੀਂ ਕਹਿੰਦੇ ਭੈਣ ਦੇ ਨਾਲ ਆਪਣੀ ਟੋਰ ਬਣਾਇਆ ਕਰਦਾ, ਉਹ ਤੁਸੀਂ ਟੋਰ ਬਣਾ ਲਓ ਆਪਣੀ, ਅਸੀਂ ਕਮੈਂਟ ਕਰਦੇ ਹਾਂ, ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ, ਤੁਸੀਂ ਟੋਰ ਬਣਾਓ ਆਪਣੀ, ਇੱਕ ਵਾਰੀ ਆਵਾਜ਼ ਚੱਕੋ। ਉਹ ਬਸ਼ਰਮੋ, ਸ਼ਰਮ ਕਰ ਲਓ ਥੋੜ੍ਹੀ ਜੀ। ਤੁਹਾਨੂੰ ਆਉਣ ਵਾਲੇ ਬੱਚਿਆਂ ਨੇ ਤੁਹਾਡੀਆਂ ਜੁੱਤੀਆਂ ਮਾਰਨੀਆਂ ਤੁਹਾਡੇ ਉੱਪਰ, ਸ਼ਰਮ ਤੁਹਾਨੂੰ ਆਉਣੀ ਚਾਹੀਦੀ ਹੈ। ਤੁਹਾਡੀਆਂ ਮਕੇਰੀਆਂ ਵਿਧਾਨ ਸਭਾ 'ਚ 67% ਨੰਬਰਦਾਰੀਆਂ ਤੁਹਾਡੇ ਕੋਲ ਸੀ, ਹੁਣ 20% ਰਹਿ ਗਈਆਂ ਆ, ਤੁਸੀਂ ਅਜੇ ਵੀ ਚੁੱਪ ਹੋ? ਉਹ ਜੇ ਤੁਹਾਡਾ ਬੰਦਾ ਬਣੇਗਾ ਨਾ, ਆਪਣੇ ਬੰਦੇ ਦੀ ਬਾਂਹ ਫੜੇਗਾ। ਯਾਰ ਅਜੇ ਵੀ ਤੁਸੀਂ ਚੁੱਪ ਹੋ ਯਾਰ? ਕਿੰਨਾ ਚਿਰ ਚੁੱਪ ਰਹਿਣਾ ਤੁਸੀਂ? ਉਹ ਦੂਜੀਆਂ ਬਰਾਦਰੀਆਂ ਤੁਹਾਡੇ ਉੱਪਰ ਹੱਸਦੀਆਂ ਆ ਤੁਹਾਡੇ ਉੱਪਰ, ਪਰ ਤੁਹਾਨੂੰ ਸ਼ਰਮ ਨਹੀਂ ਆਉਣੀ? ਔਰ ਮੈਂ ਤੁਹਾਡੇ ਕੋਲੋਂ ਹੱਥ ਜੋੜ ਕੇ ਬੇਨਤੀ ਆ ਮੇਰੇ ਵੀਰੋ, ਕਿ ਜੇ ਬਰਾਦਰੀ ਰਾਜਪੂਤ ਸਭਾ ਮਕੇਰੀਆਂ ਜਾਂ ਬਰਾਦਰੀ ਸਾਡੀ ਰਾਜਪੂਤ ਬਰਾਦਰੀ ਕੋਈ ਇੱਕ ਕੈਂਡੀਡੇਟ ਦਿੰਦੀ ਆ ਨਾ, ਤੇ ਹਿੱਕ ਤਾਣ ਕੇ ਨਾਲ ਲੱਗ ਜਾਈਓ ਇੱਕ ਵਾਰ ਦੱਸ ਦਿਓ, ਗਿਣਤੀ ਕਰਾ ਦਿਓ ਇੱਕ ਵਾਰੀ ਪਾਰਟੀਆਂ ਨੂੰ, ਮਕੇਰੀਆਂ ਵਿੱਚ ਇੱਕ ਵਾਰੀ ਪਾਰਟੀਆਂ ਗਿਣਤੀ ਕਰਾ ਦਿਓ ਕਿ ਰਾਜਪੂਤ ਬਰਾਦਰੀ ਕਿੱਥੇ ਬੈਠੀ ਆ। ਉਹਨਾਂ ਨੇ ਸਾਡੀ ਇਕਾਦ ਸੀ ਨਾ ਸਾਨੂੰ ਟਿਕਟ ਨਾ ਦੇ ਕੇ, ਹੁਣ ਇਸ ਵਾਰ ਟਿਕਟ ਨਹੀਂ ਮਿਲੀ ਸਾਨੂੰ, ਪਰ ਹੁਣ ਅਸੀਂ ਆਪਣੀ ਰਾਜਨੀਤਿਕ ਪਾਰਟੀ ਨੂੰ ਉਹਦੀ ਇਕਾਦ ਦੱਸਾਂਗੇ, ਤੇਰੀ ਇਕਾਦ। ਉਹ ਸ਼ਰਮ ਕਰ ਲਓ ਯਾਰ, ਉਹ ਕਿੰਨਾ ਕੁ ਆਪਣੇ ਮਤਲਬ ਆ ਸਵਾਦ ਲੈਣ, ਲੋਕਾਂ ਕੋਲ ਸਵਾਦ ਲੈਣਾ ਤੁਸੀਂ, ਇੱਕ ਵਾਰੀ ਸਵਾਦ ਲਓ ਚੱਜ ਨਾਲ, ਪਤਾ ਲੱਗੇ ਹਿੱਕ ਤਾਣ ਕੇ ਚੱਲੋ, ਪਤਾ ਲੱਗੇ ਕਿ ਹਾਂ ਵੀ ਕੋਈ ਚੱਲਿਆ ਕੋਈ ਬੰਦਾ। ਮੇਰੀ ਗੱਲ ਨੂੰ ਇੱਕ ਵਾਰੀ ਜ਼ਰੂਰ ਨਾਲ ਲਿਓ ਮੇਰੇ ਵੀਰੋ, ਇੱਕ ਵਾਰ ਆਪਣੀ ਬਰਾਦਰੀ ਦਾ ਸਾਥ ਦੇ ਕੇ ਦੇਖੋ, ਤੁਹਾਨੂੰ ਕਦੀ ਤੁਹਾਨੂੰ
दिल नू कदी ए नहीं होगा तुहानू कोई थर्ड परसन तुहानू पा के पुछूगा ना, तुसीं सीधा एको गल बोलनी आ कि असीं वोट अपनी बरादरी नू पाई आ, किसे पार्टी लोड़ नहीं यार, असीं घर बैठे जितदे आ, घर बैठे 50,000 वाला बंदा जितदा आ, 50,000 वोट वाला बंदा, ते साडी 67,300 वोट आ। यार हूं तक चुप हो, कहनू चुप हो गए हो, बोलो उठो आओ बाहर कि हां भी ठीक है बरादरी ने बाज मारी अज, निकलो बाहर अपने अपने पिंडां दे विच चौंकां दे विच चर्चा शुरू करो कि हां भी साडी इन्नी वोट आ, सानू हक चाहिए अपना, जो ताडी वास्ते मकेरियां दे विच राजपुर बरादरी वास्ते की काम किया दसो, पार्टियां दसो मैनू एक एक काम करा दो राजपुर बरादरी वास्ते किया होए। ओ यार अहीं खपदे सही सब खपदे आ, क्योंकि साडे को जिम्मेवारियां जे मिलियां राजपुर बरादरी वल्लों अहीं खपदे आ, साडी बरादरी वास्ते किया की आ, ना कांग्रेस ने कुछ किया ना बीजेपी ने कुछ किया, सानू सिर्फ यूज किया पार्टियां ने सिर्फ यूज किया। मेरे वीरो सारे जने आवाज चको और इस लाइव पोस्ट नू उना लोकां तक भी पजाओ जिन्हां तक थोड़ी जी उन्हां नू शर्म आए अपने राजपूत भरावां नू, जद राजपूत भरा नाल चल पे तो सारे भरावां नाल चल पने आ, हर बरादरी नाल चल पनी आ, क्योंकि कदी अपने बंदे कदी माड़ा किसे नाल नहीं कीता। और कल असी कट्ठे हो रहे हां महाराणा प्रताप भवन मकेरियां दे विच कल 12 बजे, ते सारे मेरे वीर पुजो हिक तान के, तुहानू नवा कैंडीडेट देवांगे, कैंडीडेट तुहानू मकेरियां विधानसभा नवा कैंडीडेट देवांगे तुहानू, नहीं तां एक चीज याद रख लियो जे तुसीं बरादरी नू वोट नहीं ना पा सकदे, जे फेसबुक दे नां उपर ठाकर लिखिया ए कट दो, अपने स्कूटर मोटरसाइकिल गड्डियां दे उपर ठाकर लिखिया ना कट दो, जे तुहानू शर्म आंदी ना लाइक कमेंट शेयर ते तुहानू शर्म आंदी है ते ना कट दो, क्योंकि मैनू हौसला ए चीज होएगा कि ए बंदे पिछे ये लाइव देखता जरूर पिया, ये कमेंट नहीं कर सकता ये शेयर नहीं कर सकता, क्यों ये बंदा अलग बरादरी का होगा, जो पिछे ठाकर लिखा होंदा या कोई राणे लिखा होंदा या कोई कोई भी होर के गोत लिखी होंदी है, सानू दुख लगता कि हाँ भी हाडी बरादरी सानू देखे करती है पर कमेंट करनी शर्म आई करती है, क्यों अभी पार्टियां टट्टू बने पे पार्टियां दे, कोई कांग्रेस ने टट्टू बनाया पाया, कोई बीजेपी ने टट्टू बनाया पाया, कोई आम ने बनाया पिया, कोई अकालिया ने बनाया पिया, कोई दूजे ने बनाया पिया, और यार किन्ना टट्टू बनना ही, निकलो बाहर। ते कल मिलदे मेरा वीर कल 12 बजे राजपूत सभा मकेरियां वालों मीटिंग रखी गई है महाराणा प्रताप भवन मकेरियां विच। जय श्री राम जी सारयां नूं, जय देवा जी।